ਖਡੂਰ ਸਾਹਿਬ ਤੋਂ ਟਿਕਟ ਮਿਲਣ ਤੋਂ ਬਾਅਦ ਕੁਲਬੀਰ ਜੀਰਾ ਅੱਜ ਅੰਮ੍ਰਿਤਸਰ ਪਹੁੰਚੇ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਵੱਲੋਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਜਾਣਾ ਤਾਂ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਦਾ ਕਾਂਗਰਸ ਦੇ ਜਿੰਨੇ ਵੀ ਆਗੂ ਨੇ ਮਾਝੇ ਦੇ ਉਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ। ਤਾਂ ਕੁਲਬੀਰ ਜੀਰਾ ਇਸ ਵੇਲੇ ਤੁਸੀਂ ਦੇਖੋ ਕਿ ਚੰਡੀਗੜ੍ਹ ਤੋਂ ਸਿੱਧਾ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦਾ ਸਵਾਗਤ ਵੀ ਕਰਨਗੇ। ਤਾਂ ਰਾਣਾ ਗੁਰਜੀਤ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ। ਤੁਸੀਂ ਦੇਖੋ ਇਹ ਇਕੱਠੇ ਉਹ ਅੰਮ੍ਰਿਤਸਰ ਪਹੁੰਚੇ ਨੇ ਤਾਂ ਕੁਲਬੀਰ ਜੀਰਾ ਕਿਉਂਕਿ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ। ਗੱਲਬਾਤ ਕਰਦੇ ਹਾਂ ਜੀਰਾ ਸਾਹਿਬ, ਤਾਂ ਤੁਸੀਂ ਦੇਖੋ ਸਵਾਗਤ ਕੀਤਾ ਜਾ ਰਿਹਾ ਜੀਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਇੱਕ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਆਏ ਹਾਂ, ਔਰ ਪਹਿਲਾਂ ਨਤਮਸਤਕ ਹੋਵਾਂਗੇ, ਫਿਰ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਜਿਹੜੀ ਵੀ ਗੱਲਬਾਤ ਕਰਨੀ ਹੈ ਫਿਰ ਉਸ ਤੋਂ ਬਾਅਦ ਕਰਾਂਗੇ। ਧੰਨਵਾਦ। ਪਰ ਇੱਕ ਬਹੁਤ ਵੱਡਾ ਤੁਹਾਨੂੰ ਮੌਕਾ ਦਿੱਤਾ, ਇਹਨੂੰ ਲੈ ਕੇ ਪਾਰਟੀ ਦਾ ਫੈਸਲਾ ਜਾਂ ਤੁਹਾਡੀ ਇਹ ਮੰਗ ਸੀ ਕਿ ਪਾਰਟੀ ਨੇ ਆਪੇ ਤੈਅ ਕੀਤਾ? ਗੱਲ ਇਹ ਹੈ ਕਿ ਜਿਵੇਂ ਤੁਸੀਂ ਰੋਜ਼ ਮੀਡੀਆ ਪੰਥਕ ਸੀਟ ਕਰ ਰਹੇ ਸੀ ਤੇ ਔਰ ਰਾਣਾ ਜੀ ਦੇ ਸੰਯੋਗ ਦੇ ਨਾਲ ਔਰ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੇ 9 ਦੇ 9 ਹਲਕੇ ਪੈਂਦੇ ਆ, ਸਾਰਿਆਂ ਨੇ ਜਿਹੜਾ ਸੀਗਾ ਕਿ ਮੇਰਾ ਨਾਮ ਭੇਜਿਆ, ਔਰ ਜੇ ਪਾਰਟੀ ਨੇ ਭੇਜਿਆ ਤਾਂ ਤਕੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜੀ ਸੀਟ ਆ ਇਹ ਕਾਂਗਰਸ ਪਾਰਟੀ ਦੀ ਝੋਲੀ ਚ ਪਾਵਾਂਗੇ। ਤੁਹਾਡੀ ਸੀਟ ਇਸ ਵੇਲੇ ਚਰਚਾ ਦੇ ਵਿੱਚ ਇਸ ਕਰਕੇ ਵੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਵੀ ਐਲਾਨ ਕੀਤਾ ਕਿ ਜੇਲ੍ਹ ਤੋਂ ਮੈਂ ਇਲੈਕਸ਼ਨ ਲੜਾਂਗਾ। ਗੱਲ ਇਹ ਹੈ ਕਿ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿਹਦੇ ਨਾਂ ਨਾਲ ਭਾਈ ਸਾਹਿਬ ਲੱਗਦਾ ਹੋਵੇ ਔਰ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਜਦੋਂ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਉਦੋਂ ਸਾਨੂੰ ਇਹ ਹੈ ਕਿ ਪਰਮਾਤਮਾ ਜੋ ਕਰਦਾ ਉਹ ਚੰਗਾ ਹੀ ਕਰਦਾ। ਔਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਹਮੇਸ਼ਾ ਉਸ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ ਚੱਲਿਆ ਔਰ ਮੇਰਾ ਪਰਿਵਾਰ ਵੀ ਜਿਹੜਾ ਇੱਕ ਪੰਥਕ ਪਰਿਵਾਰ ਆ, ਮੇਰੇ ਦਾਦਾ ਜੀ ਸਵਰਗਵਾਸੀ ਜਹਿਦਾਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ SGPC ਰਹੇ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਿਦਾਰ ਇੰਦਰਜੀਤ ਸਿੰਘ ਜੀਰਾ ਜੋ ਕਿ 2 ਵਾਰ MLA ਰਹੇ, ਮਿਨਿਸਟਰ ਰਹੇ ਔਰ ਪੰਥਕ ਪਰਿਵਾਰ ਆ। ਔਰ ਗੱਲ ਇਹ ਆ ਕਿ ਗੱਲ ਅਸੀਂ ਮੁੱਦਿਆਂ ਦੀ ਗੱਲ ਆ ਕਿ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ NSA ਲਾਈ ਆ ਮੈਂ ਉਦੋਂ ਵੀ ਉਹਦਾ ਵਿਰੋਧ ਕੀਤਾ ਸੀ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਮੈਂ ਇਸ ਦਾ ਵਿਰੋਧ ਵੀ ਕਰਦਾ ਔਰ ਅੱਜ ਵੀ ਇਹ ਲੋਕਾਂ ਨੂੰ ਸ੍ਰੀ ਆਪਣਾ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਬਣ ਜਾ ਰਹੀ ਹੈ ਔਰ ਉਹ ਆਪਦੀ ਸਰਕਾਰ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਔਰ ਇਹ ਚੁਣ ਕੇ ਮੈਨੂੰ ਭੇਜਣਗੇ, ਮੈਂ ਇਸ ਚੀਜ਼ ਦੀ ਗਰੰਟੀ ਲੈਣਾ ਕਿ ਉਦੋਂ ਕਿਸੇ ਪੰਜਾਬ ਦੇ ਨੌਜਵਾਨ ਦੇ ਉੱਤੇ NSA ਨਹੀਂ ਲੱਗੇਗੀ। ਅਕਾਲੀ ਦਲ ਖੁਦ ਨੂੰ ਪੰਥਕ ਕਹਿੰਦਾ, ਵਿਰਸਾ ਸਿੰਘ ਬਲਟੋਆ ਨੂੰ ਵਿਰਸਾ ਸਿੰਘ ਬਲਟੋਆ ਬਾਰੇ ਮੇਰੇ ਤੋਂ ਵੱਧ ਜਿਹੜੇ ਆ ਉਹ ਮਾਝੇ ਦੇ ਲੋਕ ਜਾਣਦੇ ਨੇ ਕਿ ਪੰਥਕ ਕੌਣ ਆ ਤੇ ਕੌਣ ਨੇ। ਅੱਛਾ, ਇੱਕ ਤੁਹਾਡੀ ਉਹਨਾਂ ਨੇ ਕਦ ਕਾਰਡ ਤੇ ਵੀ ਸਵਾਲ ਚੁੱਕਿਆ, ਉਹਨਾਂ ਨੇ ਕਿਹਾ ਕਿ ਉਹ ਕੀ ਕਰ ਲੈਣਗੇ ਮੇਰਾ? ਗੱਲ ਇਹ ਆ ਕਿ ਕੱਦ ਕਾਠ ਤੇ ਤਾਂ ਮਜੀਠੀਆ ਸਾਹਿਬ ਵੀ ਸਵਾਲ ਚੁੱਕਦੇ ਹੁੰਦੇ ਸੀ, ਰੌਲਾ ਇਹ ਹੈ ਕਿ ਕੱਦ ਛੋਟਾ ਹੈ ਪਰ ਜਦੋਂ ਪਲਟਾ ਕੇ ਮਾਰਾਂ ਪਤਾ ਤਾਂ ਉਦੋਂ ਹੀ ਲੱਗਦਾ। ਬਿਲਕੁਲ, ਇਸ ਵੇਲੇ ਤੁਸੀਂ ਦੇਖੋ ਕਿ ਕੁਲਬੀਰ ਜੀਰਾ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਨੇ, ਰਾਣਾ ਗੁਰਜੀਤ ਵੀ ਨਾਲ ਨੇ। ਸਰ ਕੀ ਕਹਿਣਾ ਚਾਹੋਗੇ, ਤੁਸੀਂ ਵੀ ਉਹਨਾਂ ਦੇ ਨਾਲ ਆਏ ਹੋ ਨਤਮਸਤਕ ਹੋਣ ਦੇ ਲਈ? ਇਕੱਠੇ ਇਹਨਾਂ ਦੱਸ ਦਿਓ ਕਿ ਟਿਕਟ ਦਾ ਉਹਨਾਂ ਦਾ ਐਲਾਨ ਹੋ ਚੁੱਕਾ, ਤੁਸੀਂ ਖੁਦ ਉਹਨਾਂ ਦੇ ਨਾਲ ਅੱਜ ਮੱਥਾ ਟੇਕਣ ਦੇ ਲਈ ਆਏ? ਅਸੀਂ ਸਾਰੇ ਆਏ, ਸਿੱਕੀ ਸਾਹਿਬ ਨੇ, ਭਲਾਈਪੁਰ ਸਾਹਿਬ ਨੇ, ਭੁੱਲਰ ਸਾਹਿਬ ਆ ਰਹੇ ਆ, ਹਰਮਿੰਦਰ ਸਿੰਘ ਗਿੱਲ ਜੀ ਆ ਰਹੇ ਆ ਤੇ ਸਾਰੇ ਹੀ ਸਮਝੋ ਆ ਗਏ, ਡਟ ਕੇ ਸਾਰੇ ਸਾਥ ਦੇਣਗੇ। ਬਿਲਕੁਲ ਦੇਣਗੇ, ਜੇ ਕੈਂਡੀਡੇਟ ਹੈ ਸਾਡਾ ਆਪ ਤਾਂ ਲੈਂਦਾ ਤੇ ਫਿਰ ਸਾਥ ਨਹੀਂ ਦੇਣਗੇ ਤੇ ਫਿਰ। ਬਿਲਕੁਲ, ਇਹ ਗੱਲ ਉਹਨਾਂ ਨੇ ਵੀ ਕਹੀ ਹੈ ਕਿ ਤੁਹਾਡਾ ਨਾਮ ਵੀ ਲੈ ਕੇ ਉਹਨਾਂ ਨੇ ਸਹਿਮਤੀ। ਹਾਂ, ਬਿਲਕੁਲ, ਇਸ ਵੇਲੇ ਰਾਣਾ ਗੁਰਜੀਤ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਹੁੰਚੇ ਨੇ ਤਾਂ ਕੁਲਬੀਰ ਜੀਰਾ ਗੱਲਬਾਤ ਕਰ ਰਹੇ ਨੇ ਹਲੇ। ਜਾ ਕੇ ਮੈਂ ਆਪਦੀ ਗੱਲ ਰੱਖਣੀ ਆ, ਠੀਕ ਹੈ, ਪਾਰਟੀ ਦਾ ਮੈਸੇਜ ਦੇਣਾ ਔਰ ਉਸ ਤੋਂ ਬਾਅਦ ਦੇ ਵਿੱਚ ਅੱਜ ਤਾਂ ਅਜੇ 1 ਮਹੀਨਾ ਪਿਆ ਜੀ, ਆਪਾਂ ਹੁਣੇ ਕਹਿ ਦਈਏ ਆਹ ਚੁਣੌਤੀ ਉਹ ਚੁਣੌਤੀ ਹੈ, ਜਦੋਂ
ਤੁਹਾਡੇ ਜੀਵਨ ਚ ਕਿੱਡਾ ਇਸ ਸੀਟ ਦਾ ਅਸਰ? ਗੱਲ ਇਹ ਕਿ ਮੈਂ 2014 ਤੋਂ ਮੇਰੀ ਇਸ ਗੱਲ ਦੀ ਇੱਛਾ ਸੀਗੀ ਕਿ ਪੰਥਕ ਸੀਟ ਆ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹੇਦਰ ਇੰਦਰਜੀਤ ਸਿੰਘ ਜੀਰਾ ਕਿ ਇੱਥੋਂ ਲੜਨ ਇਲੈਕਸ਼ਨ, ਪਰ ਪਾਰਟੀ ਨੇ ਅੱਜ ਉਹ ਇਸ ਦੁਨੀਆਂ 'ਤੇ ਨਹੀਂ ਰਹੀ, ਅੱਜ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਆਸ ਆ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਆ, ਪਰਮਾਤਮਾ ਨੇ ਚਾਹਿਆ, ਟਿਕਟ ਦਿੱਤੀ ਹੈ ਗੁਰੂ ਸਾਹਿਬ ਨੇ ਔਰ ਜਿੱਤ ਵੀ ਗੁਰੂ ਸਾਹਿਬ ਦੇਣਗੇ। ਸਾਰੇ ਨਾਲ ਹੀ ਨੇ ਔਰ ਮੈਂ ਜੇ ਕੋਈ ਹੋਏਗਾ ਕੋਈ ਲੱਗ ਤੇ ਤਾਂ ਦੱਸ ਦਿਓ। ਬਿਲਕੁਲ, ਕੁਲਬੀਰ ਜੀਰਾ ਅੱਜ ਅੰਮ੍ਰਿਤਸਰ ਪਹੁੰਚੇ ਨੇ ਤਾਂ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਉਸ ਤੋਂ ਪਹਿਲਾਂ ਇਸ ਥਾਂ ਤੇ ਉਹਨਾਂ ਦਾ ਪਹਿਲਾਂ ਸਵਾਗਤ ਕੀਤਾ ਗਿਆ ਔਰ ਰਾਣਾ ਗੁਰਜੀਤ ਤੋਂ ਇਲਾਵਾ ਜੇਕਰ ਮੌਜੂਦਾ ਸੰਸਦ ਦੀ ਗੱਲ ਕੀਤੀ ਜਾਵੇ ਜਸਬੀਰ ਸਿੰਘ ਡਿੰਪਾ ਉਹਨਾਂ ਦੇ ਨਾਲ ਇੱਥੇ ਮੌਜੂਦ ਨੇ, ਹਰਿਮੰਦਰ ਸਿੰਘ ਗਿੱਲ, ਤਾਂ ਸਾਰੇ ਜਿਹੜੇ ਮਾਝੇ ਦੇ ਔਰ ਖਾਸ ਤੌਰ 'ਤੇ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਜਿਹੜੇ ਵਿਧਾਨ ਸਭਾ ਖੇਤਰ ਨੇ ਉਹਨਾਂ ਦੇ ਨਾਲ ਸੰਬੰਧਿਤ ਆਗੂ ਜਿਹੜੇ ਨੇ ਉਹ ਕੁਲਬੀਰ ਜੀਰਾ ਦੇ ਨਾਲ ਨਜ਼ਰ ਆ ਰਹੇ ਨੇ ਔਰ ਰਾਣਾ ਗੁਰਜੀਤ ਨੇ ਕਿਹਾ ਕਿ ਅਸੀਂ ਸਾਰੇ ਇੱਕ ਹਾਂ ਔਰ ਇੱਕਜੁੱਟ ਹੋ ਕੇ ਖਡੂਰ ਸਾਹਿਬ ਦੀ ਜਿਹੜੀ ਜੰਗ ਹੈ, ਚੁਣਾਵੀ ਜੰਗ ਜਿਹੜੀ ਹੈ, ਉਸ ਨੂੰ ਲੜਾਂਗੇ ਵੀ ਔਰ ਜਿੱਤਣ ਦਾ ਵੀ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ।